ਚਲੋ ਮੇਰੇ ਥੋੜ੍ਹੀ ਮੂੰਹ 'ਤੇ ਸੱਟ ਆ ਬਾਈ, ਜੇ ਅਸੀਂ ਲੜਨ ਆਉਂਦੇ ਅਸੀਂ, ਤੁਸੀਂ ਦੱਸੋ ਅਸੀਂ ਨਾਨੀ ਨੂੰ ਨਾਲ ਲੈ ਕੇ ਆਉਂਦੇ ਸੀ, ਅਸੀਂ ਦੋ ਜਾਣੇ ਅਤੇ ਨਾਨੀ ਨੂੰ ਲੈ ਕੇ ਅਸੀਂ ਤਾਂ ਗੱਲ ਕਰਨ ਆਇਆ, ਮੈਂ ਤਾਂ ਆਪ ਬਿਮਾਰ ਚੱਲਦਾ ਸੀ, ਮੈਨੂੰ ਕੋਈ ਦੁੱਖ ਨਹੀਂ ਹੈਗਾ ਵੀ ਇਹਨਾਂ ਨੇ ਐਂ ਕਰਿਆ, ਪਰ ਇਹਨਾਂ ਨੇ ਬਹੁਤ ਸਾਡਾ ਮਤਲਬ ਕਿ ਭੁਲੇਖੇ 'ਚ ਲੈ ਕੇ ਕਰਤਾ ਸਾਨੂੰ, ਸਾਨੂੰ ਐਂ ਨਹੀਂ ਸੀ ਪਤਾ ਵੀ ਇੰਨਾ ਇਸ ਤਰ੍ਹਾਂ ਕਰਨਗੇ। ਪਹਿਲਾਂ ਤਾਂ ਉੱਥੇ ਰਾੜਾਂ ਮਾਰੀਆਂ, ਗੱਡੀ ਭੰਨਤੀ ਸਾਰੀ, ਫਿਰ ਹਸਪਤਾਲ ਦੇ ਮੂਹਰੇ ਸੀ ਸੀ ਟੀ ਵੀ ਕੈਮਰਾ, ਉਹ ਤੁਸੀਂ ਕਢਾ ਕੇ ਦੇਖ ਲਓ, ਉਹਦੇ ਵਿੱਚ ਐਨ ਸਾਫ਼ ਦਿਖਦਾ, ਕਹਿੰਦਾ ਉਹ ਖੜ੍ਹਾ ਉਹ ਖੜ੍ਹਾ, ਉਹਨੇ ਆ ਕੇ ਮੈਨੂੰ ਜੀ 7-8 ਫੁੱਟ ਉੱਤੇ ਚੱਕਤਾ, ਸਾਰੀ ਬਾਂਹ ਟੁੱਟ ਗਈ ਅਤੇ ਆ ਸਾਰੀ ਬਾਂਹ ਫੱਟੀ ਪਈ ਆ, ਆਹ ਉਂਗਲਾਂ ਟੁੱਟ ਗਈਆਂ, ਇੱਕ ਲੱਤ ਟੁੱਟ ਗਈ, ਆਹ 4 ਦੰਦ ਟੁੱਟ ਗਏ, ਅਤੇ ਤੁਸੀਂ ਮੈਨੂੰ ਦੱਸੋ ਜੇ ਮੈਂ, ਤੁਸੀਂ ਕਹਿੰਦੇ ਵੀ ਗੋਲਡੀ ਬਰਾੜ ਜਾਂ ਜੇ ਮੈਂ ਇਹ ਫਿਰ ਮੈਂ ਐਵੇਂ ਆਉਂਦਾ, ਤੁਹਾਡੇ ਤੁਸੀਂ ਆਪਦੇ ਦਿਮਾਗ ਨਾਲ ਸੋਚੋ ਪੱਤਰਕਾਰ, ਵੀ ਜੇ ਮੈਂ ਲੜਨ ਆਉਂਦਾ ਗੋਲਡੀ ਬਰਾੜ ਦਿੰਦਾ ਮੇਰਾ ਉਹ ਹੋਵੇ ਤਾਂ ਮੈਂ ਇਕੱਲਾ ਆਉਂਦਾ ਲੜਨ ਦਿੰਦਾ, ਨਾਲੇ ਇਹ 10-15 ਜਾਣੇ ਮੈਂ ਇਕੱਲਾ ਆਇਆ, ਨਾਲੇ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਧੱਕੇ ਨਾਲ ਰੱਖਿਆ ਹੋਇਆ ਜੀ, ਮੇਰੀ ਘਰ ਵਾਲੀ ਨੂੰ ਇਹਨਾਂ ਨੇ ਕਿਡਨੈਪ ਕਰਕੇ ਰੱਖਿਆ ਹੋਇਆ ਸੀ, ਤਾਂ ਹੀ ਆਏ ਸੀ, ਇਹਨਾਂ ਨੂੰ ਐਂ ਪੁੱਛੋ ਕਿ ਵੀ ਘਰ ਵਾਲੀ ਨੂੰ ਮੇਰੀ ਨੂੰ ਸਾਹਮਣੇ ਲਿਆਓ, ਉਦੋਂ ਬਾਅਦ 'ਚ ਮੇਰੀ ਸੱਸ ਆ ਜਿਹੜੀ ਇਹਦਾ ਮੈਂ ਬਾਅਦ 'ਚ ਦੁਬਾਰੇ ਖੁਲਾਸੇ ਕਰੂੰਗਾ ਵੀ ਇਹ ਕੌਣ ਆ, ਇਹ ਕਹੀ ਜੀ ਆ, ਇਹਦੇ ਪਿੰਡ ਦੇ ਵੀ ਦੱਸਣਗੇ ਸਾਰੇ ਇਹਦਾ ਸਾਰਾ, ਪਰ ਇੱਕ ਵਾਰ ਮੇਰੀ ਘਰ ਵਾਲੀ ਨੂੰ ਤੁਸੀਂ, ਤੁਹਾਨੂੰ ਮੇਰੀ ਬੇਨਤੀ ਆ, ਉਹਨੂੰ ਮੇਰੇ ਸਾਹਮਣੇ ਲੈ ਕੇ ਝਗੜਾ ਉਹਦੇ ਨਾਲ ਹੈ ਨਹੀਂ ਸੀ, ਘਰ ਵਾਲੀ ਨੂੰ ਤਾਂ ਲੁਕੋਈ ਹੋਈ ਆ ਜੀ ਇਹਨਾਂ ਦੀ, ਘਰ ਵਾਲੀ ਦਾ ਹੋ ਗਏ 2 ਮਹੀਨੇ ਲੁਕੋਈ ਜੀ, ਜਿਹੜੇ ਵਾਈਪਰ ਚਲਾਉਣੇ ਹੋਰ ਜਿਹੜੇ ਧਮਕੇ ਸਾਰੇ ਝੂਠ ਨੇ ਯਾਰ ਵੀਰੇ, ਤੁਸੀਂ ਪੁਲਿਸ ਵੈਰੀਫਾਈ ਕਰ ਲੂਗੀ, ਜੇ ਅਸੀਂ ਵਾਈਪਰ ਸਾਡੇ ਕੋਲ ਹੁੰਦੇ ਜੇ ਅਸੀਂ ਚਲਾਉਂਦੇ ਅਸੀਂ ਛੱਡਦੇ ਥੋੜ੍ਹੀ ਇਹਨਾਂ ਨੂੰ, ਅਸੀਂ ਲੜਨ ਯਾਰ ਵੀਰੇ ਨਾਨੀ ਨੂੰ ਲੜਨ ਲਏ, ਤੁਸੀਂ ਆਪ ਸੋਚੋ ਤੁਸੀਂ ਕਿਸੇ ਲੇਡੀਜ਼ ਨੂੰ ਨਾਲ ਲੈ ਕੇ ਜਾ ਰਹੇ ਹੋ ਬਜ਼ੁਰਗ ਨੂੰ ਲੜਨ ਲੈ ਰਹੇ, ਇਹਦੀ ਨਾਨੀ ਸੀ ਕੌਣ ਕੌਣ ਸੀ, ਇਹਨਾਂ ਦੀ ਕੁੜੀ ਦੀ ਨਾਨੀ ਸੀਗੀ ਨਾ, ਇਹਦੀ ਮਾਂ ਸੀ ਜਿਹੜੀ ਗੁਰਜੀਤ ਕੌਰ ਆ, ਜਿਹਦੇ ਨਾਲ ਲੜ, ਜਿਹਦੀ ਮਾਂ ਗੁਰਜੀਤ ਕੌਰ ਦੀ ਸਕੀ ਮਾਂ ਸੀ, ਉਹ ਕੁੜੀ ਦੀ ਨਾਨੀ ਸੀ, ਅਸੀਂ ਤਾਂ ਯਾਰ ਮੈਨੂੰ ਕੀ ਪਤਾ ਸੀਗਾ ਵੀ ਇਹ ਐਂ ਕਰਨਗੇ, ਠੀਕ ਆ, ਅਤੇ ਚਲੋ ਇਹਨਾਂ ਨੇ ਜੋ ਕਰਨਾ ਸੀ ਘਰ ਆਇਆ ਨਾ ਸਾਡੇ ਨਾਲ ਕਰਤਾ, ਚਲੋ ਹੁਣ ਅਗਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਕਰਾਉਣਗੇ ਸਾਥੋਂ ਕਰਾ ਲੈਣਗੇ, ਜਾਂ ਕੋਈ ਨਹੀਂ ਭਰੋਸੇ 'ਚ ਲੈ ਕੇ ਥੋੜ੍ਹਾ ਜਿਹਾ ਕਰਤਾ ਸਾਡਾ ਕੰਮ।